ਮੇਰਾ ਨਾਮ ਜੀ ਅਹਿਮਦ ਅਲੀ ਹੈ। ਮੈਂ 265 'ਚ ਰਹਿੰਦਾ। ਮੈਂ ਅਬਦੁਲ ਵਾਹਿਦ ਦਾ ਵਾਲਿਦ ਹਾਂ। ਮੈਂ ਆਪਣੇ ਬੱਚਿਆਂ ਵਾਸਤੇ ਇਹ ਖੁਆਬ ਵੇਖਦਾ ਸੀ ਕਿ ਮੇਰੇ ਬੱਚੇ ਅੱਛੀ ਤਲੀਮ ਹਾਸਲ ਕਰਨਗੇ ਅਤੇ ਕੋਈ ਅੱਛੀ ਨੌਕਰੀ ਮਿਲ ਜਾਏਗੀ ਅਤੇ ਮੇਰੇ ਵੀ ਹਾਲਾਤ ਬਦਲ ਜਾਣਗੇ, ਕਿਉਂਕਿ ਮੈਂ ਗੁਰਬਤ ਦਾ ਮਾਰਿਆ ਸੀ। ਮੈਂ ਜੀ ਮੱਝਾਂ ਰੱਖੀਆਂ ਨੇ, ਮੱਝਾਂ ਨੂੰ ਪੁੱਠੇ ਪੁੱਠੇ ਪਾਈਦੇ ਨੇ, ਕੋਈ ਪੱਠ ਪੁੱਠ ਕੇ ਪਾ ਲੈ, ਕੋਈ ਆਪਦੇ ਵੱਢ ਕੇ ਪਾ ਲੈ, ਅਤੇ ਇਹ ਹੈ ਵੀ ਕੋਈ ਦੁੱਧ ਵੇਚ ਲਿਆ ਗੁਜ਼ਾਰਾ ਕਰ ਲਈਦਾ, ਬਾਕੀ ਅੱਲਾ ਵਾਰਸ ਹੈ, ਕੋਈ ਤੰਗੀ ਕੋਈ ਮੁਰਗੀਆਂ ਰੱਖੀਆਂ ਨੇ ਆਂਡੇ ਵੇਚ ਲੈ, ਉਹਨਾਂ ਲਈ ਕੋਈ ਰੁਪਈਆ ਜਮ੍ਹਾਂ ਕਰ ਲਿਆ, ਕੋਈ ਦੁੱਧ ਜਮ੍ਹਾਂ ਕਰ ਕੁਰਕੇ ਅਤੇ ਆਪਦਾ ਜੀ ਵਕਤ ਗੁਜ਼ਾਰਾ ਕਰਦੇ ਪਏ ਹਾਂ, ਬਾਕੀ ਕੋਈ ਬੱਚਿਆਂ ਦੀ ਤਾਲੀਮ 'ਤੇ ਖਰਚਾ ਕੀਤਾ, ਇਸੇ ਤਰ੍ਹਾਂ ਨਾਲ ਹੀ ਵਕਤ ਗੁਜ਼ਾਰਾ ਹੋਇਆ ਜੀ ਸਾਡਾ। ਪੈਸੇ ਦੀ ਬਹੁਤ ਤੰਗੀ ਸੀ, ਬੜਾ ਔਖਾ ਵਕਤ ਗੁਜ਼ਾਰਿਆ, ਬੜਾ ਔਖਾ ਵਕਤ ਗੁਜ਼ਾਰਿਆ। ਉਹ ਇਹ ਹੈ ਕਿ TCF 'ਚ ਪੜ੍ਹਦੇ ਸੀ, ਜੇ ਕਿਸੇ ਵੇਲੇ ਕੋਈ ਫੀਸ ਪੁੱਜ ਵੀ ਤਾਂ ਵੀ ਠੀਕ ਹੈ, ਨਹੀਂ ਪੁੱਜੀ ਤਾਂ ਵੀ ਠੀਕ ਹੈ, ਉਹ ਉਹਨਾਂ ਦੀ ਮਿਹਰਬਾਨੀ ਸੀ, ਉਹ ਪੜ੍ਹਾ ਦਿੰਦੇ ਸੀ ਬੱਚਿਆਂ ਨੂੰ, ਅਤੇ ਮੈਂ ਤਾਂ ਜੀ ਉਹਨਾਂ ਦਾ ਸ਼ੁਕਰ ਅਦਾ ਨਹੀਂ ਕਰ ਸਕਦਾ। ਮੈਨੂੰ ਤਾਂ ਜੀ ਬੜਾ ਫਖਰ ਹੁੰਦਾ ਕਿ ਜੀ ਮੇਰਾ ਬੱਚਾ ਅੱਛੀ ਜਗ੍ਹਾ 'ਤੇ ਚਲਾ ਗਿਆ, ਅੱਛੀ ਤਲੀਮ ਹਾਸਲ ਕਰੇਗਾ ਅਤੇ ਕੋਈ ਅੱਛੀ ਨੌਕਰੀ ਮਿਲ ਜਾਏਗੀ, ਮੇਰੇ ਹਾਲਾਤ ਬਦਲ ਜਾਣਗੇ। TCF ਦੀ ਮਦਦ ਨਾਲ ਤਾਂ ਬੱਚਾ ਪੜ੍ਹਿਆ, ਜਦੋਂ ਬੱਚੇ ਪੜ੍ਹ ਲਿਖ ਜਾਂਦੇ ਨੇ ਤਾਂ ਜੀ ਘਰ ਦੇ ਵਿੱਚ ਮਾਹੌਲ ਹੀ ਉਹ ਤਲੀਮ ਯਾਫਤਾ ਹੋ ਜਾਂਦਾ, ਪੜ੍ਹਿਆ ਲਿਖਿਆ ਮਾਹੌਲ ਹੋ ਜਾਂਦਾ, ਜਦੋਂ ਅਨਪੜ੍ਹ ਲੋਕ ਹੋਣ ਤਾਂ ਫਿਰ ਅਨਪੜ੍ਹ ਹੀ ਮਾਹੌਲ ਹੁੰਦਾ ਘਰ ਦੇ ਵਿੱਚ, ਤਬਦੀਲੀ ਤਲੀਮ ਦੇ ਨਾਲ ਆ ਜਾਂਦੀ, ਉਹਨਾਂ ਨੂੰ ਬੋਲਣ ਦਾ ਪਤਾ ਲੱਗ ਗਿਆ, ਉਹਨਾਂ ਨੂੰ ਬਹਿਣ ਉੱਠਣ ਦਾ ਪਤਾ ਲੱਗ ਗਿਆ, ਹਾਂਜੀ ਕਿਸੇ ਨਾਲ ਵਰਤ ਵਰਤੇ ਪਾਈ ਆ, ਯਾਨੀ ਕਿ ਵਰਤਾਓ ਹਰ ਚੀਜ਼ ਦਾ ਪਤਾ ਲੱਗ ਜਾਂਦਾ, ਵੱਡੇ ਛੋਟੇ ਦੀ ਤਮੀਜ਼ ਹੁੰਦੀ, ਇੱਜ਼ਤ ਹੁੰਦੀ ਹੈ, ਅਤੇ ਜਿਹੜਾ ਅਨਪੜ੍ਹ ਹੈ ਉਹ ਤਾਂ ਅਨਪੜ੍ਹ ਹੀ ਰਹਿ ਜਾਂਦਾ ਜੀ, ਬਾਕੀ ਕਿ ਜਿਸ ਅਦਾਰੇ 'ਚ ਪੜ੍ਹਿਆ ਉਹਦਾ ਵੀ ਨਾਮ ਰੌਸ਼ਨ ਕਰੇ।